ਪਹਿਲੀ ਗੱਲ ਤਾਂ ਇਹ ਉਹਨਾਂ ਨੂੰ ਦੱਸਣਾ ਪਊ ਵੀ ਇਹ ਸ਼ਬਦ ਅਕਾਲ ਤਖਤ ਸਾਹਿਬ ਦੇ ਟੈਂਪਰੇਰੀ ਜਥੇਦਾਰ ਦੇ ਆ ਜਾਂ ਇਹ ਨਿੱਜੀ ਵਿਚਾਰ ਹਰਪ੍ਰੀਤ ਸਿੰਘ ਦੇ ਕੀ ਸੁਨੇਹਾ ਦੇ ਰਹੇ ਆ ਵੀ ਇੱਕ ਸੂਬੇ ਦੇ ਮੁੱਖ ਮੰਤਰੀ ਨੂੰ ਉਹਨਾਂ ਦੀ ਉਹ ਵਡਿਆਈ ਪ੍ਰਸ਼ੰਸਾ ਕਰ ਰਹੇ ਆ ਵਰਤ ਕੀ ਰਹੇ ਆ ਸ਼ਬਦ ਜਿਨ੍ਹਾਂ ਨੇ ਸੋਧਾ ਲਾਇਆ ਜਿਨ੍ਹਾਂ ਨੇ ਸੋਧਾ ਲਾਇਆ ਜਿਨ੍ਹਾਂ ਨੇ ਸੋਧਾ ਲਾਇਆ ਜਾਰੀ ਕਰਨ ਲੱਗ ਗਈ ਵੀ ਕਿਹਨੂੰ ਵੋਟ ਪਾਉਣੀ ਹੈ ਤੇ ਕਿਹਨੂੰ ਨਹੀਂ ਪਾਉਣੀ ਇਹ ਕਿਸੇ ਦੀ ਜੇਬ ਚੋਂ ਨਿਕਲ ਕੇ ਇਹ ਜਥੇਦਾਰ ਬਣੇ ਹੋਏ ਨੇ ਸੁਨੇਹਾ ਹੈ ਜਿਹੜਾ ਆਪਣੇ ਮੁੱਖ ਤੋਂ ਲੋਕਾਂ ਨੂੰ ਦੇ ਰਿਹਾ ਹੈ ਸਿੱਖਾਂ ਨੂੰ ਦੇ ਰਿਹਾ ਹੈ ਤੇ ਉਹਨਾਂ ਦੀ ਵਡਿਆਈ ਕਰ ਰਿਹਾ ਵੀ ਇਹੋ ਜਿਹੇ AK-47 ਚੱਕੋ ਅਸਲਾ ਚੱਕੋ ਜੇ ਕਿਤੇ ਕੋਈ ਆਮ ਦੂਜਾ ਹਰਪ੍ਰੀਤ ਸਿੰਘ ਕੋਈ ਹੋਰ ਹੁੰਦਾ ਤੇ ਫਿਰ ਲੋਕ ਵੀ ਉਹਨੂੰ ਦੱਸ ਦਿੰਦੇ ਤੇ ਮੈਂ ਵੀ ਉਹਨਾਂ ਨੂੰ ਤੇ ਫਿਰ ਲੋਕ ਵੀ ਉਹਨੂੰ ਦੱਸ ਦਿੰਦੇ ਤੇ ਮੈਂ ਵੀ ਉਹਨਾਂ ਨੂੰ ਰਵਨੀਤ ਬਿੱਟੂ ਨੇ ਕਿਹਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਸਿੱਖਾਂ ਦੀ ਸਰਵਉੱਚ ਥਾਂ ਹੈ ਅਤੇ ਉੱਥੋਂ ਦੇ ਜਥੇਦਾਰ ਸਾਰਿਆਂ ਲਈ ਸਤਿਕਾਰਯੋਗ ਨੇ ਪਰ ਮੁੱਖ ਮੰਤਰੀ ਪੰਜਾਬ ਬੇਅੰਤ ਸਿੰਘ ਦੇ ਖਿਲਾਫ਼ ਉਹਨਾਂ ਨੂੰ ਸੌਦਾ ਲਾਉਣ ਵਰਗੇ ਬਿਆਨ ਦੇ ਕੀ ਮਾਇਨੇ ਨੇ ਉਹਨਾਂ ਨੂੰ ਸਾਫ਼ ਕਰਨਾ ਪਵੇਗਾ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਨੇ ਕਿਹਾ ਕਿ ਪਾਰਲੀਮੈਂਟ ਦੇ ਵਿੱਚ ਉਹ ਇਹ ਮੁੱਦਾ ਚੁੱਕਣਗੇ ਉੱਧਰ ਢੰਡਰੀਆਂ ਵਾਲੇ ਦੇ ਮਾਮਲੇ ਨੂੰ ਲੈ ਕੇ ਬਿੱਟੂ ਨੇ ਸਾਫ਼ ਕੀਤਾ ਕਿ ਉਹਨਾਂ ਦਾ ਇਸ ਮਾਮਲੇ 'ਚ ਕੋਈ ਲੈਣਾ ਦੇਣਾ ਨਹੀਂ ਪਰ ਜੇਕਰ ਉਹਨਾਂ ਦੇ ਦਾਦੇ ਨੂੰ ਵਿੱਚ ਲੈ ਕੇ ਆਉਣਗੇ ਤਾਂ ਉਹ ਇਸ ਦੇ ਖਿਲਾਫ਼ ਜ਼ਰੂਰ ਤਿੱਖੀ ਪ੍ਰਤੀਕਿਰਿਆ ਦੇਣਗੇ ਉਹਨਾਂ ਮੁੜ ਤੋਂ ਭਿੰਡਰਾਂ ਵਾਲੇ ਨੂੰ ਅੱਤਵਾਦੀ ਦੱਸਦਿਆਂ ਆਪਣੇ ਬਿਆਨ 'ਤੇ ਕਾਇਮ ਰਹਿਣ ਦੀ ਗੱਲ ਆਖੀ ਮੌਜੂਦਾ ਟੈਂਪਰੇਰੀ ਜਥੇਦਾਰ ਨੇ ਜਿਹੜੇ ਟੈਂਪਰੇਰੀ ਜਥੇਦਾਰ ਹਰਪ੍ਰੀਤ ਸਿੰਘ ਜੀ ਪਰ ਅਸੀਂ ਫਿਰ ਵੀ ਉਹਨਾਂ ਦਾ ਸਤਿਕਾਰ ਕਰਦੇ ਹਾਂ ਕਿਉਂਕਿ ਅਕਾਲ ਤਖ਼ਤ ਸਾਹਿਬ ਦੇ ਉਹ ਟੈਂਪਰੇਰੀ ਜਥੇਦਾਰ ਨੇ ਜਿੱਥੇ ਅਕਾਲ ਤਖ਼ਤ ਸਾਹਿਬ ਦਾ ਨਾਂ ਆ ਗਿਆ ਉਹ ਸ਼ਬਦ ਸਿਰ ਚੁੱਕਦਾ ਹੈ ਪਰ ਕੱਲ੍ਹ ਜਿਹੜਾ ਪਰਮਜੀਤ ਸਿੰਘ ਭਿਓਰਾ ਜਿਹੜਾ ਫਾਂਸੀ ਦੀ ਸਜ਼ਾ ਦੇ ਅਧੀਨ ਜੇਲ੍ਹ 'ਚ ਕੱਟ ਰਿਹਾ ਉਹਦੇ ਮਾਤਾ ਦਾ ਕੱਲ੍ਹ ਭੋਗ ਸੀ ਜਿੱਥੇ ਇਹ ਹਰਪ੍ਰੀਤ ਸਿੰਘ ਪਹੁੰਚੇ ਹੋਏ ਸੀ ਆ ਬੋਲਦੇ ਹੋਏ ਜਿਹੜੇ ਉਹਨਾਂ ਦੇ ਸ਼ਬਦ ਨੇ ਕੱਲ੍ਹ ਉਹਨਾਂ ਨੇ ਆਪ ਫੇਸਬੁੱਕ 'ਤੇ ਪਾਇਆ ਸਾਰੇ ਜਗ੍ਹਾ ਮੀਡੀਆ 'ਚ ਚੱਲ ਰਿਹਾ ਅਤੇ ਉਹ ਕਹਿ ਰਹੇ ਆ ਪਹਿਲੀ ਗੱਲ ਤਾਂ ਇਹ ਉਹਨਾਂ ਨੂੰ ਦੱਸਣਾ ਪਊ ਵੀ ਇਹ ਸ਼ਬਦ ਅਕਾਲ ਤਖ਼ਤ ਸਾਹਿਬ ਦੇ ਟੈਂਪਰੇਰੀ ਜਥੇਦਾਰ ਦੇ ਆ ਜਾਂ ਇਹ ਨਿੱਜੀ ਵਿਚਾਰ ਹਰਪ੍ਰੀਤ ਸਿੰਘ ਦੇ ਦੂਜੀ ਗੱਲ ਅੱਜ ਤੱਕ ਕਦੇ ਵੀ ਕੋਈ ਅਕਾਲ ਤਖ਼ਤ ਸਾਹਿਬ ਵੱਲੋਂ ਸ਼ਹੀਦ ਆਜ਼ਮ ਸਰਦਾਰ ਬੇਅੰਤ ਸਿੰਘ ਪ੍ਰਤੀ ਕੋਈ ਅਕਾਲ ਤਖ਼ਤ ਸਾਹਿਬ ਤੋਂ ਕੋਈ ਆਦੇਸ਼ ਜਾਰੀ ਹੋਇਆ ਹੋਵੇ ਜਿਹਦੀ ਕੋਈ ਉਲੰਘਣਾ ਕੀਤੀ ਹੋਵੇ ਜਾਂ ਉਹਨਾਂ ਦੇ ਪਰਿਵਾਰ ਲਈ ਸਾਡੇ ਲਈ ਕੋਈ ਅਕਾਲ ਤਖ਼ਤ ਸਾਹਿਬ ਤੋਂ ਕੋਈ ਹੁਕਮ ਜਾਰੀ ਹੋਏ ਹੋਣ ਜੇ ਅਸੀਂ ਉਹਦੀ ਕੋਈ ਉਲੰਘਣਾ ਕੀਤੀ ਹੋਵੇ ਉਹ ਤਾਂ ਦੱਸਣ ਕਿਸ ਮਕਸਦ ਨਾਲ ਇੱਕ ਸਿੱਖ ਕੌਮ ਜਿਹੜੀ ਦੁਨੀਆ 'ਚ ਅੱਜ ਰਾਜ ਕਰ ਰਹੀ ਆ ਉਹ ਨਵੀਂ ਪੀੜ੍ਹੀ ਨੂੰ ਕੀ ਸੁਨੇਹਾ ਦੇ ਰਹੇ ਆ ਵੀ ਇੱਕ ਸੂਬੇ ਦੇ ਮੁੱਖ ਮੰਤਰੀ ਨੂੰ ਉਹਨਾਂ ਦੀ ਉਹ ਵਡਿਆਈ ਪ੍ਰਸ਼ੰਸਾ ਕਰ ਰਹੇ ਆ ਵਰਤ ਕੀ ਰਹੇ ਆ ਸ਼ਬਦ ਜਿਨ੍ਹਾਂ ਨੇ ਸੋਧਾ ਲਾਇਆ ਇਹ ਹਰਪ੍ਰੀਤ ਸਿੰਘ ਸਿੱਖ ਕੌਮ ਨੂੰ ਆਉਣ ਵਾਲੇ ਸਾਡੀ ਜਨਰੇਸ਼ਨ ਨੂੰ ਜਿਹੜੇ ਸੋਧਾ ਲਾਉਣ ਵਾਲਾ ਸ਼ਬਦ ਆ ਜਾਂ ਜਿਹਨੂੰ ਇੱਕ ਦੂਜੇ ਨੂੰ ਮਾਰਨ ਵਾਲਾ ਸ਼ਬਦ ਆ ਵੀ ਗੋਲੀਆਂ ਮਾਰ ਕੇ ਮਾਰ ਦਿਉ ਉਹਨਾਂ ਨੂੰ ਹੀ ਵਡਿਆਈ ਕਰਨਾ ਉਦੋਂ ਬਾਅਦ ਇਹ ਕਹਿ ਰਹੇ ਆ ਉਹ ਇਹ ਮੈਂ ਪੁੱਛਣਾ ਚਾਹੁੰਦਾ ਵੀ ਇਹ ਲੋਕਾਂ ਦੀ ਕਚਹਿਰੀ 'ਚ ਉਹ ਸਾਰੇ ਸਿੱਖ ਜਗਤ 'ਚ ਅੱਜ ਤੱਕ ਮੈਂ ਤੀਜੀ ਵਾਰ ਮੈਂਬਰ ਪਾਰਲੀਮੈਂਟ ਬਣ ਚੁੱਕਿਆ
ਉਹ ਸਿੱਖਾਂ ਨੂੰ ਇੱਕ ਹਰਪ੍ਰੀਤ ਸਿੰਘ ਕਰਕੇ ਕਹਿ ਰਿਹਾ ਜਾਂ ਅਕਾਲ ਤਖ਼ਤ ਦੇ ਜਥੇਦਾਰ ਹੋਣ ਨਾਤੇ ਇਹ ਕਹਿ ਰਹੇ ਆ ਵੀ ਉਹ ਸਿੱਖ ਨੇ ਜਿਹੜੇ ਜਿਨ੍ਹਾਂ ਨੇ ਵੋਟ ਪਾਈ ਮੈਨੂੰ ਮੇਰੇ ਪਰਿਵਾਰ ਨੂੰ ਉਹ ਸਾਰਿਆਂ ਨੂੰ ਉਹ ਕੀ ਵਾਰਨਿੰਗ ਦੇਣਾ ਚਾਹੁੰਦੇ ਆ ਜਥੇਦਾਰ ਜਾਂ ਉਹ ਆਦੇਸ਼ ਕਰ ਰਿਹਾ ਅਕਾਲ ਤਖ਼ਤ ਸਾਹਿਬ ਤੋਂ ਹੁਕਮ ਕਰ ਰਹੇ ਆ ਵੀ ਕੋਈ ਵੀ ਜਿਹੜਾ ਸਿੱਖ ਉਹਨੇ ਕਿਵੇਂ ਹਿੰਮਤ ਕੀਤੀ ਵੋਟ ਪਾਉਣ ਦੀ ਰਵਨੀਤ ਸਿੰਘ ਬਿੱਟੂ ਨੂੰ ਜਾਂ ਗੁਰਕੀਰਤ ਨੂੰ ਜਾਂ ਸਰਦਾਰ ਬੇਅੰਤ ਸਿੰਘ ਦੀ ਇਹਦਾ ਮਕਸਦ ਇਹੀ ਹੋਇਆ। ਅੱਜ ਇੱਕ ਧਾਰਮਿਕ ਸੰਸਥਾ ਉਹ ਸਾਫ਼ ਤੌਰ 'ਤੇ ਲੋਕਾਂ ਨੂੰ ਡਰਾਉਣ ਧਮਕਾਉਣ ਲੱਗ ਗਈ, ਉੱਥੋਂ ਇਹ ਗੱਲ ਹੁਕਮ ਜਾਰੀ ਕਰਨ ਲੱਗ ਗਈ ਵੀ ਕਿਹਨੂੰ ਵੋਟ ਪਾਉਣੀ ਹੈ ਅਤੇ ਕਿਹਨੂੰ ਨਹੀਂ ਪਾਉਣੀ। ਇਹ ਕਿਸੇ ਦੀ ਜੇਬ 'ਚੋਂ ਨਿਕਲ ਕੇ ਇਹ ਜਥੇਦਾਰ ਬਣੇ ਹੋਏ ਨੇ, ਕਿਸੇ ਦੀ ਜੇਬ 'ਚੋਂ ਪਰਚੀ ਨਿਕਲ ਕੇ ਜਥੇਦਾਰ ਬਣੇ ਹੋਏ ਨੇ। ਮੈਂ ਸਤਿਕਾਰ ਕਰਦਾ ਪਰ ਸੋਧਾ ਲਾਉਣ ਦੀ ਗੱਲ ਕਰਦੇ ਆ ਇਹ ਪਹਿਲਾਂ ਉਹ ਤਾਂ ਚਲੋ ਕੁਦਰਤ ਦਾ ਦੇਣ ਆ, ਸ਼੍ਰੀ ਸਾਹਿਬ ਇਹਨਾਂ ਦੇ ਹੱਥ 'ਚ ਆ, ਇਹ ਆਪਣਾ ਪਹਿਲਾਂ ਕੱਦ ਦੇਖਣ ਵੀ ਇਹ ਕੀ ਸ਼੍ਰੀ ਸਾਹਿਬ ਜਿੱਡੇ ਆਪ ਹੈਗੇ, ਇਹ ਕਿਸੇ ਨੂੰ ਧਮਕੀਆਂ ਦੇਣ ਜੋਗੇ ਆਪ ਹੈਗੇ, ਆਪਣੇ ਪਹਿਲਾਂ ਸਰੀਰ ਆਪਣੀ ਬਣਤਨ ਵੱਲ ਦੇਖਣ। ਅੱਜ ਨੀਵਾਂ ਕਰਤਾ ਇਹਨਾਂ ਨੇ ਇਸ ਅਹੁਦੇ ਨੂੰ, ਅਕਾਲ ਤਖ਼ਤ ਸਾਹਿਬ ਉਹ ਸਦਾ ਝੰਡੇ ਝੂਲਦੇ ਰਹਿਣੇ ਆ, ਪਰ ਜਿਹੜਾ ਅਹੁਦਾ ਹੈ ਜਿਹੜੀ ਗਿਰਾਵਟ ਆਉਂਦੀ ਜਾ ਰਹੀ ਆ, ਅੱਜ ਇਹ ਲੋਕ ਜਿਹੜੇ ਬਣਦੇ ਆ ਨਾ, ਜਦੋਂ ਦੀ ਇਹ ਸੰਸਥਾ ਸ਼ੁਰੂ ਹੋਈ ਆ ਇੱਥੇ ਜਿਹੜੇ ਮਹਾਨ ਬੰਦੇ ਬੈਠੇ ਰਹੇ ਆ, ਇਹਨਾਂ ਨੂੰ ਤਾਂ ਕਦੇ ਗੁੱਸਾ ਕਿਸੇ ਬਾਰੇ ਮਾੜੇ ਵਿਚਾਰ ਇਹਨਾਂ ਦੇ ਤਾਂ ਮਨ 'ਚ ਹੀ ਨਹੀਂ ਆਉਣੇ ਚਾਹੀਦੇ। ਅਕਾਲ ਤਖ਼ਤ ਸਾਹਿਬ 'ਚ ਬਹਿ ਕੇ ਹਰ ਵੇਲੇ ਜਿਨ੍ਹਾਂ ਦੇ ਕੰਨਾਂ 'ਚ ਬਾਣੀ ਪੈਂਦੀ ਹੋਵੇ, ਜਿਨ੍ਹਾਂ ਦੇ ਗੁਰੂ ਦੇ ਸ਼ਬਦ ਪੈਂਦੇ ਹੋਣ, ਉਹ ਸੋਧੇ ਲਾਉਣ ਦੀਆਂ ਗੱਲਾਂ ਕਰਨ। ਮੈਂ ਆਉਣ ਵਾਲੇ ਦਿਨਾਂ 'ਚ ਪਾਰਲੀਮੈਂਟ ਸੈਸ਼ਨ ਚੱਲ ਰਿਹਾ, ਮੈਂ ਜ਼ਰੂਰ ਕਿਸੇ ਨਹੀਂ ਕੋਈ ਬੰਦੇ ਲੈ ਕੇ ਨਾਲ ਇਕੱਠ ਕਰਕੇ ਇਹ ਹਰਪ੍ਰੀਤ ਸਿੰਘ ਨੂੰ ਜ਼ਰੂਰ ਪੁੱਛਣ ਜਾਊਂਗਾ ਵੀ ਭਾਈ ਇਹ ਸੋਧਾ ਲਾਉਣ ਤੋਂ ਮਤਲਬ ਕੀ ਆ, ਅਤੇ ਇਹ ਕੀ ਕਿਹੜੇ ਗੁਰੂ ਨੇ ਅਤੇ ਕਿਹਨੇ ਇਹ ਸਿੱਖਿਆ ਦਿੱਤੀ ਆ ਵੀ ਸੋਧਾ ਲਾਉਣ ਵਾਲਿਆਂ ਨੂੰ ਸਨਮਾਨਿਤ ਕਰੋ ਅਤੇ ਸੋਧਾ ਲਾਉਣ ਵਾਲਿਆਂ ਦੀ ਵਡਿਆਈ ਕਰੋ। ਅਤੇ ਅੱਗੇ ਸਾਡੇ ਨੌਜਵਾਨ ਪੀੜ੍ਹੀ 'ਚ ਅਸੀਂ ਰੋਜ਼ ਥੱਕੇ ਪਏ ਹਾਂ ਗਨ ਕਲਚਰ ਨੂੰ ਦੇਖਦੇ ਹੋਏ, ਮਦੂਖਾਂ ਨੂੰ ਦੇਖਦੇ ਹੋਏ, ਅਸਲੇ ਨੂੰ ਦੇਖਦੇ ਹੋਏ ਵੀ ਨੌਜਵਾਨ ਪੀੜ੍ਹੀ ਨਸ਼ੇ ਦੇ ਵੱਲ, ਪਰ ਇੱਕ ਜਥੇਦਾਰ ਪ੍ਰਮੋਟ ਕਰ ਰਿਹਾ ਸੋਧਾ ਲਾਉਣ ਵਾਲਿਆਂ ਨੂੰ, ਮਾਰਨ ਵਾਲਿਆਂ ਨੂੰ। ਜਾਂ ਤਾਂ ਇਹ ਆਪਣੀ ਗੱਲ ਕਲੀਅਰ ਕਰਨ, ਜਾਂ ਮੈਨੂੰ ਜ਼ਰੂਰ ਮੈਂ ਆ ਕੇ ਜਾ ਕੇ ਇਹਨਾਂ ਤੋਂ ਇਹ ਪੁੱਛਣਾ ਚਾਹੁੰਦਾ ਵੀ ਇਹ ਕਿਹੜੀ ਸੰਸਥਾ ਹੈ, ਕਿਹੜੀ ਇਹ ਸੋਚ ਆ, ਕਿਹੜੀ ਇਹ ਸਿੱਖੀ ਆ ਜਿੱਥੇ ਸੋਧਾ ਲਾਉਣ ਵਾਲੀ ਗੱਲ ਦੱਸੀ ਜਾਂਦੀ ਹੈ। ਭਾਈ ਇਹੀ ਉਹ ਤਾਂ ਉਸ ਵੇਲੇ ਬੜਾ ਲੰਬਾ ਟਾਈਮ ਜਥੇਦਾਰ ਕਿਰਪਾਲ ਸਿੰਘ ਜੀ ਰਹੇ, ਤੁਸੀਂ ਤਾਂ ਜਾਣਦੇ ਹੋ ਕਿੱਡਾ ਵੱਡਾ ਹਮਲਾ ਉਹਨਾਂ 'ਤੇ ਉਸ ਵੇਲੇ ਗੋਲੀਆਂ ਦਾ ਬੰਦੂਕਾਂ ਦਾ ਹੋਇਆ ਸੀ ਜਦੋਂ ਉਹ ਜਥੇਦਾਰ ਸੀ ਮੰਡਿਆਣੀ, ਉਹ ਵੀ ਸੁਰੱਖਿਅਤ ਨਹੀਂ ਸੀ ਜਦੋਂ ਦੀਆਂ ਗੱਲਾਂ ਕਰਦੇ ਆ ਨਾ, ਉਹਨਾਂ 'ਤੇ ਬਹੁਤ ਲੰਬਾ ਚਲੇ ਤਾਂ ਟੈਂਪਰੇਰੀ ਜਥੇਦਾਰ ਨੇ, ਉਹ ਤਾਂ ਪੂਰੇ ਜਥੇਦਾਰ ਸੀ ਵੀ ਕਿਸ ਤਰੀਕੇ ਨਾਲ ਉਦੋਂ ਜਾਨ ਉਹਨਾਂ ਨੇ ਬਚਾਈ ਸੀ। ਅਤੇ ਜਿਨ੍ਹਾਂ ਦੀਆਂ ਇਹ ਗੱਲਾਂ ਕਰਦੇ ਨੇ, ਜਿਨ੍ਹਾਂ ਦੀ ਜੇਬ ਦੀ ਪਰਚੀ 'ਚੋਂ ਨਿਕਲੇ ਆ, ਉਹਨਾਂ ਨੂੰ ਪੁੱਛ ਲੈਣ ਵੀ ਕਿਹਨੇ ਸਾਰਿਆਂ ਨੂੰ ਆਜ਼ਾਦੀ 'ਚ ਸਾਹ ਲੈਣ ਦੀ ਜਿਹੜੀ ਆ ਪੰਜਾਬ ਨੂੰ ਇਹ ਆਜ਼ਾਦੀ ਦੁਬਾਰਾ ਦਿੱਤੀ ਹੈ, ਜ਼ਰੂਰ ਉਹਨਾਂ ਨੂੰ ਪੁੱਛਣ। ਅਤੇ ਕਿਸ ਤਰੀਕੇ ਨਾਲ ਬੜੇ ਬਾਦਲ ਸਾਹਿਬ ਉਸ ਵੇਲੇ ਬੁਲਟ ਪਰੂਫ ਗੱਡੀਆਂ 'ਚ, ਉਸ ਵੇਲੇ ਬੰਕਰਾਂ 'ਚ, ਘਰਾਂ 'ਚ, ਮੋਰਚਿਆਂ 'ਚ ਰਹਿੰਦੇ ਸੀਗੇ, ਉਹਨਾਂ ਨੂੰ ਪੁੱਛ ਲੈਣ ਜ਼ਰਾ। ਇਹ ਤਾਂ ਮੈਂ ਦੇਖ ਰਿਹਾ ਸੀ 44 ਸਾਲ ਦੀ ਸ਼ਾਇਦ ਉਮਰ ਹੈ ਇਹਨਾਂ ਦੀ, ਅਤੇ ਮੈਂ ਨਹੀਂ ਸਮਝਦਾ ਜਦੋਂ
ਉਹ ਹਾਲਾਤ 'ਚੋਂ ਨਿੰਘ ਰਹੇ ਸੀ, ਇਹਨਾਂ ਨੂੰ ਉਸ ਵੇਲੇ ਕੋਈ ਸੋਝੀ ਵੀ ਹੋਊਗੀ, ਪਤਾ ਵੀ ਹੋਊਗਾ। ਪਰ ਅੱਜ ਇਹ ਬਹੁਤ ਹੀ ਨਿੰਦਣਯੋਗ ਗੱਲ ਕੀਤੀ ਆ, ਮੈਂ ਇਹਦਾ ਡਟ ਕੇ ਵਿਰੋਧ ਕਰਦਾ। ਅੱਜ ਬਹੁਤ ਵੱਡੀ ਮਰਿਆਦਾ ਹੈ ਜਿਹੜੀ ਇਹਨਾਂ ਨੇ ਆਪ ਤੋੜੀ ਆ, ਇਹਨੂੰ ਘਟਾਇਆ ਹੈ। ਅਤੇ ਕਿਤੇ ਨਾ ਕਿਤੇ ਅੱਜ ਧਰਮ ਦੇ ਵਿੱਚ, ਸਿੱਖੀ ਦੇ ਵਿੱਚ ਜਾਂ ਬਾਕੀ ਧਰਮਾਂ 'ਚ ਵੀ ਅੱਜ ਇੱਕ ਮੈਸੇਜ ਬੜਾ ਵੱਡਾ ਸੁਨੇਹਾ ਗਲਤ ਗਿਆ ਹੈ। ਮੈਂ ਇਹਦੇ ਖਿਲਾਫ ਸਾਡੇ ਜਿੰਨਾ ਵੀ ਕਿਤੇ ਵੀ, ਮੈਥੋਂ ਇਹ ਨਹੀਂ ਮੈਂ ਇਹਨਾਂ ਦੇ ਉਲਟ ਕੋਈ FIR ਦਰਜ ਕਰਾਉਣ ਲਈ ਜਾਂਦਾ, ਪਰ ਇਹ ਜ਼ਰੂਰ ਕੋਸ਼ਿਸ਼ ਕਰੂੰਗਾ ਵੀ ਇੱਕ ਅਕਾਲ ਤਖਤ ਸਾਹਿਬ ਦਾ ਜਥੇਦਾਰ ਕਿਸ ਲੈਵਲ ਤੱਕ ਡਿੱਗ ਚੁੱਕਿਆ ਹੈ, ਕਿਸ ਲੈਵਲ ਤੱਕ ਉਹ ਜਾ ਚੁੱਕਿਆ ਹੈ ਵੀ ਉਹ ਇੱਕ ਦੂਜੇ ਨੂੰ ਖਤਮ ਕਰਨ ਦੀ, ਉਹ ਇੱਕ ਦੂਜੇ ਨੂੰ ਮਾਰਨ ਦਾ ਸੁਨੇਹਾ ਹੈ ਜਿਹੜਾ ਆਪਣੇ ਮੁੱਖ ਤੋਂ ਲੋਕਾਂ ਨੂੰ ਦੇ ਰਿਹਾ ਹੈ, ਸਿੱਖਾਂ ਨੂੰ ਦੇ ਰਿਹਾ ਹੈ, ਅਤੇ ਉਹਨਾਂ ਦੀ ਵਡਿਆਈ ਕਰ ਰਿਹਾ ਵੀ ਇਹੋ ਜਿਹੇ AK-47 ਚੱਕੋ, ਅਸਲਾ ਚੱਕੋ, ਅਤੇ ਜੇ ਤੁਸੀਂ ਮਾਰੋਗੇ ਤਾਂ ਅਸੀਂ ਤੁਹਾਨੂੰ ਸਨਮਾਨ ਕਰਾਂਗੇ, ਅਸੀਂ ਤੁਹਾਡੀ ਇੱਜ਼ਤ ਕਰਾਂਗੇ। ਮੈਂ ਤਾਂ ਆਪਣੇ ਵੱਲੋਂ ਹਰ ਨੂੰ, ਅਕਾਲੀ ਦਲ ਦੇ ਪ੍ਰਧਾਨ ਨੂੰ ਵੀ, ਜਥੇਦਾਰ ਸਵਾਨਾ ਨੂੰ ਵੀ, SGPC ਪ੍ਰਧਾਨ ਨੂੰ ਵੀ, ਜਿੰਨੀਆਂ ਵੀ ਵੱਡੀਆਂ ਸੰਸਥਾਵਾਂ ਹੈ ਉਹਨਾਂ ਕੋਲ ਜ਼ਰੂਰ ਇੱਕ ਵਾਰ ਆਪਣੇ ਵੱਲੋਂ ਲਿਖ ਕੇ ਪੱਤਰ ਜ਼ਰੂਰ ਲਿਖੂੰਗਾ ਵੀ ਕਿਤੇ ਨਾ ਕਿਤੇ ਇਹ ਬੋਲੀ, ਇਹ ਸੁਝਾਅ ਜਿਹੜੇ ਦੇਣੇ ਸੋਧਾ ਲਾਉਣ ਦੇ, ਅਤੇ ਅੱਗੇ ਪਰਿਵਾਰਾਂ ਨੂੰ ਇਹ ਗੱਲ ਅਪੀਲ ਕਰਨੀ ਵੀ ਜਿਹੜੀਆਂ ਵੋਟਾਂ ਪਾਉਣੀਆਂ ਹੈ ਉਹ ਤੁਸੀਂ ਕਿਸ ਢੰਗ ਨਾਲ ਪਾਉਣੀਆਂ, ਕਿਹਨੂੰ ਪਾਉਣੀਆਂ, ਇਹ ਤਾਂ ਸਿੱਧਾ ਇਹੀ ਹੋ ਗਿਆ ਨਾ। ਇਹ ਤਾਂ ਉਹ ਸਿੱਧਾ ਅਪੀਲ ਕਰ ਰਹੇ ਆ, ਸਿੱਖ ਦੇ ਜਗਤ ਨੂੰ ਅਪੀਲ ਕਰ ਰਹੇ ਆ ਵੀ ਤੁਸੀਂ ਬੜੇ ਮਾੜੇ ਹੋ ਜੀ, ਤੁਸੀਂ ਜਿਹੜੀ ਵੋਟ ਅੱਜ ਤੱਕ ਕੀਤੀ ਆ ਉਹ ਬੜੀ ਗਲਤ ਕੀਤੀ ਆ। ਮੈਂ ਤਾਂ ਦੇਖੋ ਵੱਡੇ ਬੋਲ ਨਹੀਂ ਬੋਲਣੇ ਚਾਹੀਦੇ, ਜਿਸ ਤਨ ਲਾਗੇ ਉਹੀ ਜਾਣੇ ਵੀ ਪੀੜ ਕੀ ਹੁੰਦੀ ਆ। ਇਹ ਲੋਕਾਂ ਨੇ ਦੇਖੀ ਨਹੀਂ ਪੀੜ, ਇਹ ਤਾਂ ਅਸੀਂ ਦੇਖੀ ਹੋਈ ਆ, ਅਸੀਂ ਆਪਣੇ ਪਿੰਡੇ 'ਤੇ ਉਹ ਪੀੜ ਹੰਢਾਈ ਆ। ਜੇ ਇੰਨਾ ਹੀ ਚਾਓ ਆ ਜਥੇਦਾਰ ਸਾਹਿਬ ਨੂੰ ਤਾਂ ਜਦ ਮਰਜ਼ੀ ਜਥੇਦਾਰੀ ਛੱਡ ਕੇ ਇਲੈਕਸ਼ਨ ਮੇਰੇ ਨਾਲ ਲੜ ਲੈਣ, ਜਿੱਥੋਂ ਕਹਿਣ ਉੱਥੋਂ ਲੜ ਲੈਣ, ਅਤੇ ਲੋਕ ਦੱਸ ਦੇਣਗੇ ਵੀ ਲੋਕ ਸਰਦਾਰ ਬੇਅੰਤ ਸਿੰਘ ਸ਼ਹੀਦ ਆਜ਼ਮ ਦੇ ਰਾਹ 'ਤੇ ਚੱਲਦੇ ਆ ਜਾਂ ਇਹ ਟੈਂਪਰੇਰੀ ਜਥੇਦਾਰ ਸਾਹਿਬ ਜਿਹੜੀ ਇਹੋ ਜਿਹੀਆਂ ਗੱਲਾਂ ਕਰਦੇ ਆ ਇਹਨਾਂ ਦੀ ਗੱਲ ਮੰਨਦੇ ਆ। ਜਦ ਮਰਜ਼ੀ ਜੇ ਇੰਨਾ ਚਾਓ ਆ ਤੇ ਧਰਮ ਦੀ ਕੁਰਸੀ ਛੱਡ ਕੇ ਸਿਆਸਤ ਜਦ ਮਰਜ਼ੀ ਆ ਜਾਣ। ਬਿੱਟੂ ਜੀ ਲੱਗ ਰਿਹਾ ਕਿ ਇਹਦਾ ਬਿਆਨ ਹੈ ਕਿਤੇ ਨਾ ਕਿਤੇ ਅੰਤਵਾਦ ਨੂੰ ਭੜੋਕੇ ਦੇਣ ਦੇ ਪਾਸੇ ਨੂੰ ਤੋੜਦੇ ਨੇ। ਮੈਂ ਕਿਹਾ ਜੀ ਇੱਕ ਸਭ ਤੋਂ ਵੱਡੇ ਟੈਰਰਿਸਟ ਦੇ, ਉਹਦੇ ਮਾਤਾ ਦੇ ਭੋਗ ਤੇ, ਜਿੱਥੇ ਕਿ ਜਿਹੜਾ ਸਾਡਾ ਕਾਨੂੰਨ ਆ ਉਸ ਕਾਨੂੰਨ ਨੇ ਉਹਨੂੰ ਇਜਾਜ਼ਤ ਨਹੀਂ ਦਿੱਤੀ ਕਿ ਤੂੰ ਆਪਣੇ ਇਸ ਭੋਗ ਤੇ ਵੀ ਜਾ ਸਕਦਾ ਪਿਓਰੇ ਨੂੰ। ਪਰ ਇਹ ਉੱਥੇ ਕਹਿ ਰਹੇ ਆ ਸਿੱਖ ਕੌਮ ਨੂੰ ਸੰਬੋਧਨ ਕਰਦੇ ਹੋਏ ਵੀ ਮੈਂ ਅੱਜ ਉਹਨਾਂ ਦੀ ਵਡਿਆਈ ਕਰਦਾ, ਉਹਨਾਂ ਨੂੰ ਸ਼ਾਬਾਸ਼ ਦਿੰਦਾ ਜਿਨ੍ਹਾਂ ਨੇ ਸੋਧਾ ਲਾਇਆ। ਵਰਡ ਦੇਖੋ ਕੀ ਵਰਤਿਆ, ਜਿਨ੍ਹਾਂ ਨੇ ਸੋਧਾ ਲਾਇਆ, ਇੱਕ ਇੱਕ ਕੰਸਟੀਟਿਊਸ਼ਨ ਤੋਂ, ਇੱਕ ਕਾਨੂੰਨ ਤੋਂ ਬਾਹਰ ਜਾ ਕੇ ਇੱਕ ਅਕਾਲ ਤਖ਼ਤ ਸਾਹਿਬ ਦੇ ਟੈਂਪਰੇਰੀ ਜਥੇਦਾਰ ਜੇ ਗੱਲ ਕਰੇ ਅਤੇ ਉਦੋਂ ਬਾਅਦ ਉਹ ਇਹ ਕਵੇ ਵੀ EVM ਮਸ਼ੀਨਾਂ ਹੈ ਜਿਹੜੀਆਂ ਉਹਦੇ ਵਿੱਚ ਜਿਹੜੀਆਂ ਵੋਟਿੰਗ ਆ ਤੁਸੀਂ ਸਿੱਖ ਜਗਤ ਆ ਜਿਹੜਾ ਉਹ ਗਲਤ ਕਰ ਰਹੇ ਹੋ, ਇਹ ਬੜੀ ਮੰਦਭਾਗੀ ਗੱਲ ਆ ਵੀ ਤੁਸੀਂ ਜਿਹੜੀ ਵੋਟ ਆ ਉਹ ਸਰਦਾਰ ਬੇਅੰਤ ਸਿੰਘ ਪਰਿਵਾਰ ਨੂੰ ਪਾਉਂਦੇ ਹੋ। ਭਾਈ ਉਹ ਲੋਕ ਵੋਟ ਉਹ ਪਾਉਂਦੇ ਆ ਜਿਨ੍ਹਾਂ ਨੇ ਦੇਖੇ ਆ ਹਾਲਾਤ, ਜਿਨ੍ਹਾਂ ਨੇ ਅਮਨ ਸ਼ਾਂਤੀ ਜਦੋਂ ਆਈ ਪੰਜਾਬ 'ਚ, ਗਿੱਧੇ ਭੰਗੜਿਆਂ ਦਾ ਪੰਜਾਬ ਬਚਿਆ, ਲੋਕ ਗੁਰਦੁਆਰਿਆਂ 'ਚ ਨਹੀਂ ਜਾ ਸਕਦੇ ਸੀ, ਲੋਕ ਮੰਦਰਾਂ 'ਚ, ਗਿਰਜਿਆਂ 'ਚ, ਮਸਜਿਦ 'ਚ ਨਹੀਂ ਜਾ ਸਕਦੇ ਸੀ, ਬਾਹਰ ਗੋਲੀਆਂ ਚੱਲਦੀਆਂ ਸੀ। ਅਤੇ ਇਸ ਕਰਕੇ ਅੱਜ ਜੇ ਉਹ ਪੰਜਾਬ ਘੁੱਗ ਵੱਸਦਾ ਏ, ਇਹ ਦੁਬਾਰਾ ਪੰਜਾਬ ਨੂੰ ਅੱਗ ਲਾਉਣਾ ਚਾਹੁੰਦੇ ਆ। ਮੈਨੂੰ ਇਹ ਦੁੱਖ ਹੋਇਆ, ਮੈਂ ਇਹ ਤਾਂ ਨਹੀਂ ਕਹੂੰਗਾ ਵੀ ਮੈਂ ਇਕੱਠ ਕਰਕੇ ਕੋਈ ਇਹਨਾਂ ਦਾ ਘਰਾਓ ਕਰੂੰਗਾ ਜਾਂ ਇਹ ਨਹੀਂ ਚੰਗਾ ਲੱਗਦਾ, ਪਰ ਮੈਂ ਆਪ ਜਰਾ ਕੇ ਜ਼ਰੂਰ ਜਥੇਦਾਰ ਸਾਹਿਬ ਨੂੰ, ਜਿਹੜੇ ਟੈਂਪਰੇਰੀ ਨੇ ਉਹਨਾਂ ਨੂੰ ਪੁੱਛੂੰਗਾ ਵੀ ਭਾਈ ਤੁਹਾਡੀ ਸੋਚ, ਤੁਹਾਡੇ ਕਿਹੜੇ ਮਾਂ ਪਿਓ ਨੇ, ਤੁਹਾਡੀ ਕਿਹੜੀ
ਸਿੱਖਿਆ ਹੈ, ਕਿਹਨੇ ਤੁਹਾਨੂੰ ਇਹ ਸਿੱਖਿਆ ਦਿੱਤੀ ਵੀ ਜਿੱਥੇ ਸੋਧਾ ਲਾਉਣ ਵਾਲੀ ਗੱਲ ਜਿਹੜੀ ਸਾਡੇ ਸਾਡੇ ਸਾਡੀ ਜਿਹੜੇ ਅੱਜ ਹਾਲਾਤ ਨੇ ਜਿਹੜੇ ਉਹਦੇ ਵਿੱਚ ਕਿਹੜੀ ਇਹ ਸੰਸਥਾ ਹੈ ਜਿਹੜੀ ਇਹੋ ਜਿਹੀ ਗੱਲਾਂ ਸਿਖਾਉਂਦੀ ਆ? ਕਿੰਨਾ ਵੱਡਾ ਮੈਸੇਜ ਗਲਤ ਜਾ ਰਿਹਾ, ਤੁਸੀਂ ਦੇਖੋ ਤਾਂ ਸਹੀ, ਦੁਨੀਆਂ 'ਚ ਬੈਠੇ ਸਿੱਖ ਨੇ, ਅਤੇ ਜੇ ਉਹਨਾਂ ਨੂੰ ਜਥੇਦਾਰ ਜਿਨ੍ਹਾਂ ਨੂੰ ਇੱਕ ਸਭ ਤੋਂ ਵੱਡੀ ਆਪਾਂ ਪਦਵੀ ਦਿੰਦੇ, ਉਹ ਇੱਕ ਮਾਰਨ ਮਰਾਉਣ ਦੀ ਸੋਧੇ ਲਾਉਣ ਦੀ ਗੱਲ ਕਰ ਰਿਹਾ? ਮੈਂ ਤਾਂ ਸੁਣ ਕੇ ਕੱਲ੍ਹ ਹੈਰਾਨ ਹੋ ਗਿਆ, ਜਦੋਂ ਮੈਂ ਇੱਕਦਮ, ਮੈਨੂੰ ਕਿਸੇ ਨੇ ਵੀਡੀਓ ਭੇਜੀ, ਮੈਂ ਮੇਰੇ ਕੋਲ ਸ਼ਬਦ ਹੀ ਨਹੀਂ ਸੀ ਕੋਈ ਸੁਣ ਕੇ, ਇੱਕਦਮ ਮੈਂ ਸਮਝਦਾ ਇੱਕ ਨਿਰਾਸ਼ ਆ ਗਿਆ ਵੀ ਇੱਕ ਉਸ ਸੰਸਥਾ ਦਾ ਬੰਦਾ ਇੱਕ ਸੋਧੇ ਲਾਉਣ ਦੀ ਗੱਲ ਕਰੇ, ਲੋਕਾਂ ਨੂੰ ਮਰਾਉਣ ਦੀ ਗੱਲ ਕਰੇ, ਇਹ ਏਦੋਂ ਮੰਦਭਾਗੀ ਗੱਲ। ਮੈਂ ਤਾਂ ਸਮਝਦਾ ਇਹਦੇ ਵਿੱਚ ਵੱਡੇ ਸੰਤ ਮਹਾਂਪੁਰਸ਼ਾਂ ਨੂੰ, ਮੈਂ ਉਦਣ ਵੀ ਗੱਲ ਇਹ ਕਹੀ ਸੀ ਵੀ ਜਿਵੇਂ ਹਾਲਾਤ ਵਿਗੜਦੇ ਜਾ ਰਹੇ ਆ, ਇਸ ਛੋਟੀ ਮੱਤ ਦੇ ਬੰਦਿਆਂ ਨੂੰ ਐਡੀ ਐਡੀ ਵੱਡੀਆਂ ਜਗ੍ਹਾ 'ਤੇ ਬਿਠਾ ਤਾ, ਨਹੀਂ ਉਹ ਤਾਂ ਬਹੁਤ ਸਭ ਤੋਂ ਉੱਤੇ ਨੇ, ਉਹਨਾਂ ਲਈ ਕੋਈ ਕਾਂਗਰਸ ਨਹੀਂ, ਉਹਨਾਂ ਲਈ ਕੋਈ ਮੈਂ ਸਮਝਦਾ ਕਿਸੇ ਪਾਸੇ ਉਹਨਾਂ ਨੂੰ ਤਾਂ ਕੋਈ ਪੱਖਪਾਤ ਦੀ ਗੱਲ ਨਹੀਂ, ਉਹਨਾਂ ਨੂੰ ਤਾਂ ਸਭ ਨਾਲ ਇਹ ਹੁਕਮ ਕਰਨਾ ਚਾਹੀਦਾ ਵੀ ਭਾਈ ਸਾਰੇ ਮਿਲਕੁਲ ਜੁਲ ਕੇ ਰਹੋ, ਸਾਰੇ ਬਿਲਕੁਲ ਵੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਵਾਇਲੈਂਸ ਆ ਜਿਹੜੀ ਉਹ ਅਸੀਂ ਪ੍ਰਮੋਟ ਨਹੀਂ ਕਰਦੇ, ਉੱਥੇ ਤਾਂ ਗੱਲ ਇਹ ਹੋਣੀ ਚਾਹੀਦੀ ਹੈ। ਪਰ ਪਹਿਲੀ ਵਾਰੀ ਇੱਕ ਐਸੇ ਜਥੇਦਾਰ ਟੈਂਪਰੇਰੀ ਆ ਗਏ, ਉਹ ਕਿੰਨੀ ਵੱਡੀ ਸਾਡੀ ਵਿਰਾਸਤ ਆ, ਉਹ ਬੰਦੇ ਇਹ ਪਹਿਲਾਂ ਐਸੇ ਸ਼ਖਸ ਨੇ ਜਿਨ੍ਹਾਂ ਦੇ ਆਪਣੀ ਇੱਜ਼ਤ ਗਵਾ ਲਈ। ਆਹ ਜਦੋਂ ਹੁਣ ਆ ਵੀਡੀਓ ਇਹ ਸਾਰੇ ਜਾਊਗੀ ਜਿੱਥੇ ਸੋਧਾ ਲਾਉਣ ਦੀ, ਹਾਂ ਜਿਹੜੇ ਫੰਡਾਮੈਂਟਲ ਨੇ ਚਾਰ ਜਾਂ ਅੱਤਵਾਦੀ ਨੇ ਜਿਹੜੇ ਗਰਮ ਖਿਆਲੀ ਨੇ ਉਹ ਜ਼ਰੂਰ ਵਾਹਵਾ ਕਰਨਗੇ, ਪਰ ਜਿਹੜਾ ਕੋਈ ਆਮ ਪੜ੍ਹਿਆ ਲਿਖਿਆ ਜਿਹੜਾ ਸ਼ਾਂਤਮਈ ਜਿਹੜਾ ਅਮਨ ਪਸੰਦ ਲੋਕ ਨੇ ਉਹ ਸੋਚਣਗੇ ਵੀ ਇਹ ਸਾਡਾ ਜਥੇਦਾਰ ਆ, ਅਤੇ ਇਹਨਾਂ ਨੇ ਆਪਣੀ ਮੈਂ ਸਮਝਦਾ ਜਿਹੜੀ ਆਪਣੀ ਛਵੀ ਆ ਜਿਹੜੀ ਅਤੇ ਸਿੱਖ ਕੌਮ ਦੀ ਛਵੀ ਨੂੰ ਤੇ ਸੰਸਥਾ ਨੂੰ ਇਹਨਾਂ ਨੇ ਬਹੁਤ ਵੱਡੀ ਢਾਲ ਲਾਉਣ ਦੀ ਕੋਸ਼ਿਸ਼ ਕੀਤੀ। ਤੁਸੀਂ ਕਿਹਾ ਕਿ ਧਾਰਮਿਕ ਅਹੁਦੇ ਤੇ ਬੈਠੇ ਬੰਦੇ ਨੂੰ ਵੋਟਾਂ ਦੀ ਗੱਲ ਨਹੀਂ ਕਰਨੀ ਚਾਹੀਦੀ। ਅੱਜ ਤੋਂ ਪਹਿਲਾਂ ਕਾਂਗਰਸ ਨੇ ਵੀ ਤੇ ਅਕਾਲੀ ਦਲ ਨੇ ਵੀ ਡੇਰਾ ਸਰਸਾ ਜਾ ਕੇ ਵੋਟਾਂ ਮੰਗੀਆਂ ਸੀਗੀਆਂ, ਤੇ ਉਹਨੂੰ ਤੁਸੀਂ ਧਾਰਮਿਕ ਡੇਰਾ ਨਹੀਂ ਸਮਝਦੇ? ਮੈਂ ਸਮਝਦਾ ਡੇਰੇ ਕਿਸੇ ਬਾਬੇ 'ਚ ਤੇ ਅਕਾਲ ਤਖ਼ਤ ਸਾਹਿਬ 'ਚ ਬਹੁਤ ਬੜਾ ਅੰਤਰ। ਇਹ ਸਾਡੇ ਗੁਰੂਆਂ ਦਾ ਦਿੱਤਾ ਹੋਇਆ ਸਾਨੂੰ ਇਹ ਅਕਾਲ ਤਖ਼ਤ ਸਾਹਿਬ ਆ, ਇਹ ਕੋਈ ਡੇਰਾ ਨਹੀਂ ਗਾ। ਤੁਸੀਂ ਇਸ ਨੂੰ ਡੇਰੇ ਨਾਲ ਨਹੀਂ ਜੋੜ ਸਕਦੇ, ਕਿਸੇ ਡੇਰਿਆਂ ਨਾਲ ਨਹੀਂ ਜੋੜ ਸਕਦੇ, ਅਤੇ ਮੈਂ ਸਮਝਦਾ ਐਡੀ ਬੜੀ ਉੱਚੀ ਸੰਸਥਾ ਨੂੰ ਜਿਹਨੇ ਧਰਮ ਚਲਾਉਣਾ ਸਾਰਾ, ਅਤੇ ਉਹ ਜੇ ਇਹੋ ਜਿਹੀ ਗੱਲ ਕਰਨ ਲੱਗੇ, ਮੈਂ ਤੁਹਾਡੀ ਗੱਲ ਮੈਂ ਬਿਲਕੁਲ ਸਮਝ ਗਿਆ, ਸਿਆਸਤ ਡੇਰਿਆਂ 'ਚ ਹੁੰਦੀ ਹੋਊਗੀ, ਲੀਡਰ ਜਾਂਦੇ ਹੋਣਗੇ, ਅੱਗੇ ਵੀ ਜਾਣਗੇ, ਇਹ ਚੱਲਦਾ ਰਹਿੰਦਾ ਕੰਮ। ਪਰ ਅਕਾਲ ਤਖ਼ਤ ਸਾਹਿਬ ਤੋਂ ਇਹੋ ਜਿਹੀ ਗੱਲ, ਚਲੋ ਮੈਂ ਤਾਂ ਸਮਝਦਾ ਕਿਸੇ ਡੇਰੇ 'ਤੇ ਵੀ ਇਹੋ ਜਿਹੀ ਨਹੀਂ ਗੱਲ ਹੋਈ ਹੋਣੀ, ਕਿਸੇ ਨੂੰ ਸੋਧਾ ਲਾਉਣ ਦੀ ਜਾਂ ਮਾਰਨ ਦੀ ਗੱਲ ਤਾਂ ਕਿਸੇ ਡੇਰੇ 'ਚ ਵੀ ਨਹੀਂ ਮੈਂ ਸੁਣੀ ਕਦੇ। ਦੇਖੋ ਮੈਂ ਤਾਂ ਸਿਰਫ ਇਹ 'ਚ ਇੰਨਾ ਹੀ ਚਾਹੂੰਗਾ ਵੀ ਜਿਹੜੇ ਇਹਨਾਂ ਨੂੰ ਬਣਾਉਣ ਵਾਲੇ ਨੇ, ਜਿਨ੍ਹਾਂ ਦੇ ਹੱਥਾਂ 'ਚ ਤਾਕਤ ਆ, ਉਹਨਾਂ ਨੂੰ ਜ਼ਰੂਰ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਸੋਚਣਾ ਚਾਹੀਦਾ। ਉਹ ਵੀ ਮੁੱਖ ਮੰਤਰੀ ਨੇ ਅਤੇ ਇੱਕ ਪੰਜਾਬ ਦੀ ਸਭ ਤੋਂ ਪੁਰਾਣੀ ਪਾਰਟੀ ਹੈ ਜਿਨ੍ਹਾਂ ਦੀ ਜੇਬ 'ਚੋਂ ਨਿਕਲਦੇ ਆ, ਉਹਨਾਂ ਨੂੰ ਜ਼ਰੂਰ ਸੋਚਣਾ ਚਾਹੀਦਾ ਵੀ ਅੱਜ ਤੱਕ ਕਿਹੋ ਜਿਹੇ ਜਥੇਦਾਰ ਰਹੇ ਨੇ, ਅਤੇ ਆਹ ਜਿਹੜੇ ਟੈਂਪਰੇਰੀ ਜਥੇਦਾਰ ਨੇ ਉਹ ਕੀ ਗੱਲ ਕਰ ਰਿਹਾ। ਮੈਂ ਕਿਤੇ ਵੀ, ਮੈਨੂੰ ਪੁਰਾਣਾ ਇਤਿਹਾਸ 'ਚ ਮੈਂ ਪੜ੍ਹ ਰਿਹਾ ਸੀ ਸਾਰੇ ਜਥੇਦਾਰ ਸਾਹਿਬਾਨਾਂ ਦਾ ਪਿਛਲੇ, ਪਰ ਕਿਸੇ ਨੇ ਕਿਸੇ ਨੂੰ ਸੋਧਾ ਲਾਉਣ ਦੀ ਗੱਲ ਆ ਜਿਹੜੀ, ਜਾਂ ਕਿਸੇ ਨੂੰ ਵੋਟ ਪਾਉਣ ਦੀ ਗੱਲ ਆ ਜਿਹੜੀ, ਕਿਸੇ ਸਿੱਖ ਕੌਮ ਨੂੰ ਨਹੀਂ ਕੀਤੀ ਕਿਸੇ ਨੇ। ਇਹ ਪਹਿਲੇ ਨੇ ਜਿਨ੍ਹਾਂ ਨੇ ਇਹ ਗੱਲ ਕੀਤੀ ਆ, ਅਤੇ ਇਹਨਾਂ ਨੂੰ ਜ਼ਰੂਰ
ਅੱਗੇ ਦੇਖਦੇ ਹਾਂ ਕਿ ਇਹ ਕਿਸ ਕਿਸ ਪੱਖੇ ਰੁੱਖ ਪੈਂਦਾ। ਮੈਂ ਤਾਂ ਇਸ ਗੱਲ 'ਤੇ ਜ਼ਰੂਰ ਪ੍ਰਾਈਮ ਮਿਨਿਸਟਰ ਨੂੰ, ਆਪਣੇ ਹੋਮ ਮਿਨਿਸਟਰ ਸਾਹਿਬ ਨੂੰ, ਜਾਂ ਜਿੰਨੇ ਵੀ ਜਿੱਥੇ ਵੀ ਮੇਰੇ ਤੋਂ ਵਾਹ ਲੱਗੂਗਾ, ਮੈਂ ਤਾਂ ਉਹ ਲਾਊਂਗਾ, ਕਿਉਂਕਿ ਐਡਾ ਬੜਾ ਨੁਕਸਾਨ ਸਾਡੇ ਧਰਮ ਦਾ ਹੋ ਰਿਹਾ। ਸਾਡੇ ਇੱਕ ਪੰਜਾਬ ਦੇ ਵਿੱਚ ਜੇ ਕੋਈ ਅਕਾਲ ਤਖ਼ਤ ਦੇ ਜਗ੍ਹਾ 'ਤੇ ਬੈਠ ਕੇ ਕਿਸੇ ਨੂੰ ਮਾਰਨ ਮਰਾਉਣ ਦੀਆਂ ਗੱਲਾਂ ਧਮਕੀਆਂ ਦੇਵੇ, ਅਤੇ ਕਿਸੇ ਨੂੰ ਖਤਮ ਕਰਨ ਦੀ ਪਰਿਵਾਰ ਨੂੰ ਇਹ ਸੁਨੇਹਾ ਦੇਵੇ ਵੀ ਇਹਨਾਂ ਨੂੰ ਖਤਮ ਕਰ ਦਿਓ, ਉਹ ਤਾਂ ਫਿਰ ਬਰਦਾਸ਼ਤ ਤਾਂ ਹੋਣਾ ਨਹੀਂ ਗਾ। ਅਸੀਂ ਤਾਂ ਆਪਣਾ ਵਾਹ ਜਿੰਨਾ ਲਾਵਾਂਗੇ ਅਤੇ ਲੋਕਾਂ ਨੂੰ ਨਾਲ ਲੈ ਕੇ ਲਾਵਾਂਗੇ, ਲੋਕਾਂ 'ਚ ਸੁਨੇਹਾ ਦੇਵਾਂਗੇ ਵੀ ਇਹ ਕਿਹੋ ਜਿਹੇ ਬੰਦੇ ਨੇ ਇਹਨਾਂ ਦਾ। ਮੈਂ ਤਾਂ ਕਹਿੰਦਾ ਆਪਣੇ ਆਪ ਲੋਕ ਸਮਝ ਜਾਣਗੇ ਇਦੋਂ ਵੱਧ, ਮੈਂ ਕਿਉਂਕਿ ਅਕਾਲ ਤਖ਼ਤ ਸਾਹਿਬ ਕਰਕੇ ਮੈਂ ਇਦੋਂ ਵੱਧ ਕੋਈ ਗੱਲ ਕਰਨੀ ਨਹੀਂ ਚਾਹੁੰਦਾ। ਜੇ ਹਰਪ੍ਰੀਤ ਸਿੰਘ ਹੁੰਦਾ ਤਾਂ ਫਿਰ ਮੈਂ ਦੱਸਦਾ ਵੀ ਕੀ ਭਾਵਿਕਦੀ ਹੈ ਹਰਪ੍ਰੀਤ ਸਿੰਘ ਦੀ, ਪਰ ਉਹ ਜਥੇਦਾਰ ਅਕਾਲ ਤਖ਼ਤ ਨੇ ਟੈਂਪਰੇਰੀ ਅਤੇ ਅੱਜ ਮਰਿਆਦਾ 'ਚ ਬੋਲਣਾ ਪੈ ਰਿਹਾ ਅਤੇ ਸ਼ਬਦਾਂ 'ਤੇ ਬੜਾ ਬੰਦਿਸ਼ ਸਾਡੇ ਆ। ਜੇ ਕਿਤੇ ਕੋਈ ਆਮ ਦੂਜਾ ਹਰਪ੍ਰੀਤ ਸਿੰਘ ਕੋਈ ਹੋਰ ਹੁੰਦਾ ਤਾਂ ਫਿਰ ਲੋਕ ਵੀ ਉਹਨੂੰ ਦੱਸ ਦਿੰਦੇ ਅਤੇ ਮੈਂ ਵੀ ਉਹਨਾਂ ਨੂੰ ਜ਼ਰੂਰ, ਮੈਂ ਕੋਈ ਕੁੱਟਮਾਰ ਕਰਕੇ ਨਹੀਂ, ਕੋਈ ਸ਼ਬਦਾਂ 'ਚ ਹੀ ਦੱਸ ਦਿੰਦੇ, ਉਹਨਾਂ ਕੋਲ ਜਵਾਬ ਨਾ ਹੁੰਦਾ ਕੋਈ। ਇਹ ਉਹ ਤਾਂ ਕਲੀਅਰ ਹੀ ਗੱਲ ਆ, ਮੈਨੂੰ ਮੈਂ ਕੋਈ ਇਹ 'ਚ ਕੋਈ ਕਿਸੇ ਕੋਈ ਲੁਕੀ ਛਿਪੀ ਨਹੀਂ। ਉਹ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਤੇ ਜ਼ਰੂਰ ਸੁਖਵੀਰ ਸਿੰਘ ਬਾਦਲ ਹੋਣੀ, ਕਿਉਂਕਿ ਪਾਰਲੀਮੈਂਟ 'ਚ ਨੇ ਉਹ, ਮੈਂ ਉਹਨਾਂ ਨਾਲ ਵੀ ਜ਼ਰੂਰ ਇਹ ਗੱਲ ਜ਼ਰੂਰ ਕਰਾਂਗਾ ਵੀ ਐਡੀ ਮੰਦਭਾਗੀ ਗੱਲ ਆ ਜਿਹੜੀ। ਤੁਸੀਂ ਦੱਸੋ, ਤੁਸੀਂ ਵੀ ਪੋਲੀਟਿਕਸ 'ਚੋਂ, ਤੁਸੀਂ ਵੀ ਵੋਟਾਂ 'ਚ ਅੱਗੇ ਰਾਜਨੀਤੀ ਕਰਦੇ ਹੋ, ਜੇ ਇਹੋ ਜਿਹੀ ਗੱਲ ਕਿਸੇ ਨੂੰ ਸੋਧਾ ਲਾਉਣ ਦੀ ਗੱਲ ਕਰੇਗਾ ਕੋਈ, ਕਿਸੇ ਨੂੰ ਮਾਰਨ ਦੀ ਮਰਾਣ ਉਹਨਾਂ ਦੀ ਪ੍ਰਸ਼ੰਸਾ ਕਰੇਗਾ ਜਾਂ ਉੱਥੋਂ ਹੁਕਮ ਕਰੇਗਾ ਵੀ ਵੋਟ ਕਿਹਨੂੰ ਪਾਉਣੀ ਆ ਜਾਂ ਸਿੱਖ ਕੌਮ ਨੂੰ, ਉਹ ਗਲਤ ਕਰੇਗਾ ਜਿਹਨਾਂ ਨੇ ਵੋਟ ਪਾਈ। ਮੈਨੂੰ ਤਾਂ ਲੱਖਾਂ ਅੱਜ ਤੱਕ ਜੇ ਦੇਖੀਏ, ਲੱਖਾਂ ਲੋਕਾਂ ਨੇ 3 ਵਾਰ MP ਬਣੇ, ਉਦੋਂ ਬਲ MLA ਮੁੱਖ ਮੰਤਰੀ ਬਣੇ ਆ, ਜੇ ਸਾਰੀ ਵੋਟ ਮਿਲਾ ਲਈਏ ਮੈਂ ਸਮਝਦਾ 1 ਕਰੋੜ ਤੋਂ ਵੱਧ ਵੋਟ ਹੋ ਜਾਂਦੀ ਆ। 15 ਹਲਕਿਆਂ 'ਚ ਧੋਤੇ ਇਲੈਕਸ਼ਨਾਂ ਜਿਹੜੀਆਂ ਲੜ ਚੁੱਕੇ, ਇਹਦਾ ਮਤਲਬ ਸਾਰੇ ਉਹ 15-20 ਹਲਕੇ ਵਾਲੇ ਲੋਕ ਨੇ ਜਿਹੜੇ ਉਹਨਾਂ ਨੂੰ ਮਾੜਾ ਕਹਿ ਰਹੇ ਆ ਇਹ, ਅਤੇ ਜ਼ਿਆਦਾ ਵੋਟਰ ਆ ਜਿਹੜਾ, ਜੇ ਪੰਜਾਬ ਦੀ ਗੱਲ ਕਰੀਏ ਤਾਂ ਉਹ ਓਨੇ ਹੀ ਹਿੰਦੂ ਓਨੇ ਹੀ ਸਿੱਖ ਨੇ, ਇਹਨਾਂ ਨੇ ਸਾਰਿਆਂ ਨੂੰ ਮਾੜਾ ਬਣਾਤਾ। ਉਹ ਲੋਕ ਸਿਰਫ ਉਹਨਾਂ ਦਾ ਗੁਨਾਹ ਇੰਨਾ ਹੈ ਵੀ ਉਹ ਅਮਨ ਪਸੰਦ ਲੋਕ ਨੇ ਜਿਹੜੇ ਸ਼ਾਂਤੀ ਪੰਜਾਬ ਚਾਹੁੰਦੇ ਆ ਉਹਨਾਂ ਨੂੰ ਵੋਟ ਕਰਦੇ ਆ, ਅਤੇ ਇਹ ਜਿਹੜੇ ਮਾਰਨ ਮਨਾਉਣ ਵਾਲੇ ਸੋਧੇ ਲਾਉਣ ਵਾਲੇ ਆ ਇਹਨਾਂ ਤੋਂ ਪਰੇ ਹਟੇ ਹੋਏ ਆ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਤਾਂ ਪਹਿਲਾਂ ਹੀ ਬਹੁਤ ਵੱਡਾ ਜਿਹੜਾ ਇਹ ਗਿਰਾਵਟ ਉਹ ਆ ਗਈ ਆ। ਤੁਸੀਂ ਸੰਤ ਮਹਾਂਪੁਰਸ਼ਾਂ ਦੀ ਗੱਲ ਕੀਤੀ, ਤੁਸੀਂ ਡੇਰਿਆਂ ਦੀ ਗੱਲ ਕੀਤੀ, ਜੇ ਕਿਸੇ ਕਾਬਲ ਹੋਣ ਤਾਂ ਲੋਕ ਡੇਰਿਆਂ ਵੱਲ ਜਾਣ ਹੀ ਨਾ, ਇਹ ਵੱਡਾ ਇਸ਼ੂ ਆ ਇਹਨਾਂ ਦੀ ਕਾਬਲੀਅਤ ਅਤੇ ਇਹਨਾਂ 'ਤੇ ਪ੍ਰਸ਼ਨ ਚਿੰਨ। ਇੱਕ ਪਾਸੇ ਡੇਰਾ ਦੇ ਕੋਈ ਬੋਲਦੇ ਹੋਣ ਅਤੇ ਉੱਥੇ 50,000 ਬੰਦਾ ਹੁੰਦਾ, ਇੱਕ ਪਾਸੇ ਅਕਾਲ ਤਖ਼ਤ ਦੇ ਟੈਂਪਰੇਰੀ ਜਥੇ ਹੋਣ ਜਥੇਦਾਰ ਹੋਣ ਅਤੇ 50 ਬੰਦੇ ਨਹੀਂ ਹੁੰਦੇ। ਇਹ ਆਪਸ ਵਿੱਚ ਇਹ ਦੇਖ ਲੈਣ ਵੀ ਇਹ ਕਿਉਂ ਗਿਰਾਵਟ ਆਈ, ਕਿਉਂਕਿ ਇਹੋ ਜਿਹੀਆਂ ਗੱਲਾਂ ਕਰਦੇ ਆ, ਇਹ ਤੋੜਨ ਦੀਆਂ ਗੱਲਾਂ ਕਰਦੇ ਆ, ਉਹ ਜੋੜਨ ਦੀਆਂ ਗੱਲਾਂ ਕਰਦੇ, ਉਹ ਢੰਡਣ ਵਾਲਿਆਂ ਨਾਲ ਰੋਜ਼ ਲੜਨ, ਰੋਜ਼ ਬੋਲਣ, ਰੋਜ਼ ਰੋਕਣ, ਮੇਰਾ ਉਹ 'ਚ ਕੋਈ ਦਖਲ ਨਹੀਂ। ਉਹ ਅਤੇ ਇਹ ਸਭ ਉਹਨਾਂ ਨੇ ਵੀ ਜਦੋਂ ਇਹ ਗੱਲ ਕੀਤੀ ਵੀ ਮੁੱਖ ਮੰਤਰੀ ਜਿਹੜੇ ਸੀਗੇ ਉਹਨਾਂ ਨੂੰ ਅਸੀਂ ਅੱਤਵਾਦੀਆਂ ਨੇ ਜਿਹੜਾ ਨੇ ਉਹਨਾਂ ਨੇ ਉਹਨਾਂ ਨੂੰ ਸ਼ਹੀਦ ਕੀਤਾ ਜਾਂ ਉਲਾਇਆ, ਮੇਰਾ ਤਾਂ ਉਹਨਾਂ 'ਤੇ ਕਿੰਤੂ ਸੀ, ਬਾਕੀ ਮੇਰਾ ਕੋਈ ਢੰਡਣ ਵਾਲੀਆਂ ਨਾਲ ਜਾਂ ਇਹਨਾਂ ਦੇ ਇਸ਼ੂ ਨਾਲ ਮੇਰਾ ਕੋਈ ਸੰਬੰਧ ਨਹੀਂ ਗਾ। ਮੈਂ ਤਾਂ ਇਹ ਕਿਹਾ ਸੀ ਵੀ ਤੁਸੀਂ ਲੜੋ, ਸਾਨੂੰ ਵਿੱਚ ਕਿਉਂ ਲਿਆ ਰਹੇ ਹੋ। ਉਹ ਇਹ ਕਹਿ ਰਹੇ ਸੀ ਵੀ ਜਿਵੇਂ ਉਹਨਾਂ ਦਾ ਕੀਤਾ ਹਾਲ ਢੰਡਰੀਆਂ ਵਾਲਾ, ਤੇਰਾ ਵੀ ਕਰਾਂਗੇ। ਉਹ ਤਾਂ ਉਹਨੂੰ ਇੱਕ ਤਰ੍ਹਾਂ ਦਾ ਡਰਾਵਾ ਦੇ ਰਹੇ ਸੀ ਵੀ ਅਸੀਂ ਉਹ ਲੋਕ ਹਾਂ ਜਿਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਨਹੀਂ ਰਹਿਣ ਦਿੱਤਾ, ਵੀ ਤੂੰ ਕੀ ਚੀਜ਼ ਆ। ਮੈਂ ਇਹ ਗੱਲ ਨਾਲ ਕਿਹਾ ਸੀ ਵੀ ਤੁਸੀਂ ਉਹਨਾਂ ਨਾਲ ਭਾਈ ਜੋ ਮਰਜ਼ੀ ਆਪਣੀ ਲੜਾਈ ਰੱਖੋ, ਜਾਰੀ ਰੱਖੋ, ਲੜੋ, ਰੋਜ਼ ਕਰੋ, ਜੋ ਮਰਜ਼ੀ ਕਰੋ, ਉਹ 'ਚ ਮੇਰਾ ਕੋਈ ਦਖਲ ਅੰਦਾਜ਼ੀ ਨਹੀਂ, ਪਰ ਤੁਸੀਂ ਮੇਰੇ ਬਾਰੇ, ਮੇਰੇ ਪਰਿਵਾਰ ਬਾਰੇ ਉਹਦੇ ਵਿੱਚ ਘੜੀਸਣ ਦੀ ਕੋਸ਼ਿਸ਼ ਨਾ ਕਰੋ। ਇਹ ਮੇਰਾ ਤਾਂ ਇੰਨਾ, ਮੇਰੇ ਖਿਲਾਫ਼ ਕੋਈ ਸ਼ਿਕਾਇਤ ਕਰਦਾ ਹੈ, ਇੱਕ ਭਿੰਡਰਾਂ ਵਾਲੇ ਨੂੰ ਵੀ ਮੈਂ ਟੈਰਰਿਸਟ ਕਹਿਤਾ ਨਾ ਕਹਿਤਾ,
ਉਹ ਤਾਂ ਕਾਨੂੰਨ ਦੇਖੇਗਾ ਆਪਣਾ ਕੰਮ, ਬਿਕੋ ਕਿਹਨੂੰ ਕਹਿ ਕੇ ਕਿਹਨੂੰ ਕੁਛ ਤੁਸੀਂ ਨਹੀਂ ਕਹਿ ਸਕਦੇ। ਮੈਂ ਤਾਂ ਅੱਜ ਵੀ ਕਹਿਣਾ ਹੈ ਭਿੰਡਰਾਂ ਵਾਲੇ ਟੈਰਰਿਸਟ ਸੀਗੇ ਰਹਿਣਗੇ, ਉਹ 'ਚ ਕੋਈ ਸ਼ੱਕ, ਕਿਹਨੇ ਇੰਨੇ ਲੋਕ ਮਰਾਏ, ਕਿਹਨੇ ਸਾਡਾ ਗੁਰਦੁਆਰਾ ਢਵਾਇਆ, ਉਹ ਤਾਂ ਢਵਾਉਣ ਵਾਲੇ ਤਾਂ ਭਿੰਡਰਾਂ ਵਾਲਾ ਸੀ, ਇਹ 'ਚ ਕੀ ਦੋ ਰਾਏ ਆ। ਏਜੰਸੀਆਂ ਦੇ ਨਾਲ ਮਿਲ ਕੇ ਉਹਨਾਂ ਨੇ ਕੰਮ ਕੀਤਾ,